ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਮੀਤ ਹੈ ਅਤੇ ਮੈਂ ਕੋਵਿਡ ਕੰਟਰੋਲ ਰੂਮ ਦਾ ਸਦੱਸਯ ਹਾਂ। ਅੱਜ ਮਿਤੀ 26 ਮਾਰਚ, ਜੋ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ 4th ਦਿਨ ਹੈ, ਦੀ ਸਥਿਤੀ ਨੂੰ ਤੁਹਾਡੇ ਨਾਲ ਰੂਬਰੂ ਕਰਨ ਵਾਸਤੇ ਆਇਆ ਹਾਂ। ਪੂਰੇ ਦੁਨੀਆ ਦੀ ਗੱਲ ਕਰੀਏ ਤਾਂ 3,75,000 ਕੇਸਾਂ ਤੋਂ ਵੱਧ ਕੇ ਇੱਕ ਦਿਨ ਵਿੱਚ 4,14,000 ਪਹੁੰਚ ਚੁੱਕੇ ਹਨ। ਅੱਜ 18,440 ਲੋਕ ਇਸ ਬਿਮਾਰੀ ਕਾਰਨ ਮਰ ਚੁੱਕੇ ਹਨ। ਅਗਰ ਪੰਜਾਬ ਦੀ ਗੱਲ ਕਰੀਏ ਤੇ 2 ਪੋਜ਼ਿਟਿਵ ਕੇਸ ਪੰਜਾਬ ਵਿੱਚ ਆਏ ਹੈਗੇ ਔਰ ਟੋਟਲ ਹੁਣ ਜਿਹੜੀ ਗਿਣਤੀ ਹੈ ਉਹ 33 ਹੋ ਚੁੱਕੀ ਹੈ। ਜ਼ਿਲ੍ਹਾਵਾਰ ਗੱਲ ਕਰੀਏ ਤੇ SBS ਨਗਰ 19, SAS ਨਗਰ 5, ਹੁਸ਼ਿਆਰਪੁਰ 3, ਅੰਮ੍ਰਿਤਸਰ 1, ਜਲੰਧਰ 4, ਲੁਧਿਆਣਾ 1, ਕੁੱਲ 33 ਕੇਸ ਹੁਣ ਤੱਕ ਪੋਜ਼ਿਟਿਵ ਆ ਚੁੱਕੇ ਹੈ। ਹੁਣ ਤੱਕ 576 ਕੇਸਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ, ਜਿਹਦੇ ਵਿੱਚੋਂ 323 ਨੈਗੇਟਿਵ ਆ ਚੁੱਕੇ ਹੈ। 33 ਜਿਵੇਂ ਕਿ ਦੱਸਿਆ ਗਿਆ ਹੈ ਕਿ ਪੋਜ਼ਿਟਿਵ ਆਇਆ ਹੈ, ਬਾਕੀਆਂ ਦਾ ਟੈਸਟ ਅਜੇ ਰਿਪੋਰਟ ਆਉਣਾ ਬਾਕੀ ਹੈ। ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਹਰ ਸਪਲਾਈ ਨਿਰਵਿਘਨ ਕੀਤੀ ਜਾਵੇ ਔਰ ਕਿਸੇ ਵੀ ਨਾਗਰਿਕ ਨੂੰ ਕੋਈ ਵੀ ਕਿਸਮ ਦੀ ਪ੍ਰੋਬਲਮ ਨਾ ਆਵੇ। ਇਹ ਇੱਕ ਬਹੁਤ ਵੱਡਾ ਚੁਣੌਤੀ ਦਾ ਸਮਾਂ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਪੁਲਿਸ, ਹੈਲਥ ਪ੍ਰੋਫੈਸ਼ਨਲ ਅਤੇ ਸਾਰੇ ਗਵਰਨਮੈਂਟ ਆਫਿਸਰਸ ਦਾ ਅਤੇ ਨਾਲ ਹੀ ਉਹਨਾਂ ਦੇ ਸਟਾਫ ਦਾ, ਸਪੋਰਟ ਸਟਾਫ ਦਾ ਸ਼ੁਕਰੀਆ ਅਦਾ ਕਰ ਰਿਹਾ ਹਾਂ, ਜਿਨ੍ਹਾਂ ਨੇ ਅੱਜ ਦੂਜੇ ਦਿਨ ਨੂੰ ਵੀ ਸਕਸੈਸਫੁਲ ਬਣਾਇਆ ਗਿਆ ਹੈਗਾ। ਅਗਰ ਕਿਸੇ ਵੀ ਪੰਜਾਬ ਦੇ ਬਸ਼ਿੰਦੇ ਨੂੰ ਹੈਲਥ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਤਾਂ 104 ਨੰਬਰ ਫੋਨ ਕਰਕੇ ਆਪਣੇ ਕਰੋਨਾ ਦੇ ਬਾਰੇ 'ਚ ਹਰ ਕਿਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਅਗਰ ਕਿਸੇ ਨੂੰ ਕਰਫਿਊ ਦੀ ਵਜ੍ਹਾ ਨਾਲ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਪੰਜਾਬ ਸਰਕਾਰ ਦੀ ਵੈਬਸਾਈਟ www.pbhealth.gov.in ਤੇ ਲੌਗਇਨ ਕਰਕੇ ਡਿਸਟ੍ਰਿਕਟ ਵਾਈਜ਼ ਡਿਟੇਲ, ਜਿਹੜੇ ਫੋਨ ਨੰਬਰ ਦਿੱਤੇ ਗਏ ਹੈ, ਉਹਨਾਂ ਦੇ ਕੰਟੈਕਟ ਕਰ ਸਕਦਾ ਹੈ।